ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਉੱਪਰ ਮਿਲਣਗੇ। ਆਪਾਂ ਨੇ ਆਪਣੇ ਕਾਰੀਗਰਾਂ ਨੇ ਬਣਾਇਆ ਸੀਗਾ। ਪੇਂਟ ਦੇ ਵਿੱਚ ਵੀ ਸਾਡੇ ਕੋਲ ਕਾਫੀ ਵੈਰਾਈਟੀ ਆ, ਸਟਿਚ ਵੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਪਲੇਨ ਸੂਟ ਪਾਇਆ ਹੋਇਆ ਤਾਂ ਤੁਸੀਂ ਪਲੇਨ ਸੂਟ ਨੂੰ ਵੀ ਇਸ ਤਰੀਕੇ ਨਾਲ ਗੋਟੇ ਗੋਟੇ ਲਾ ਕੇ, ਗੋਟੇ ਦੀਆਂ ਲਾਈਨਸ ਵਗੈਰਾ ਲਗਾ ਕੇ ਇਹਨੂੰ ਫਰੋਕ, ਜਿਵੇਂ ਮੈਂ ਫਰੋਕ ਬਣਾਈ ਆ, ਫਰੋਕ ਬਣਵਾ, ਪਲਾਜੋ ਨਾ, ਸਲਵਾਰ ਨਾ, ਕਿਸੇ ਵੀ ਚੀਜ਼ ਨਾਲ, ਅਤੇ ਨਾਲ ਤੁਸੀਂ ਐਵੇਂ ਦਾ ਕੋਈ ਵੀ ਦੁਪੱਟਾ ਜਿਹੜਾ ਲੈ ਸਕਦੇ, ਤੁਹਾਨੂੰ ਉਹ ਵੀ ਦੇ ਸਕਦੇ ਹਾਂ। ਅਤੇ ਇਹ ਰੋਇਲ ਬਲੂ ਕਲਰ ਦੀ ਫਰੋਕ ਸੀ, ਰੋਇਲ ਬਲੂ ਕਲਰ ਦੀ ਅਸੀਂ ਨੇ, ਮੈਂ ਸੋਚਿਆ ਇਹਦੇ ਨਾਲ ਫੁਲਕਾਰੀ ਲੈ ਲਵਾਂ। ਅਤੇ ਇਹ ਪਲੇਨ ਸੂਟ ਹੈ, ਪਲੇਨ ਸੂਟ ਨੂੰ ਵੀ ਤੁਸੀਂ ਕਿਸੇ ਪਲੇਨ ਸੂਟ ਨੂੰ ਕਿਸੇ ਉਹ ਵੀ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ, ਸਟਿਚ ਕਰਕੇ ਦੇਵਾਂਗੇ। ਅਤੇ ਮੈਂ ਨਾਲ ਨਾਲ ਤੁਹਾਨੂੰ ਦਿਖਾਉਣੀ ਆ ਜਿਹੜੇ ਕਿ ਮੇਰੇ ਕੋਲ ਸੂਟ ਨੇ, ਇਹ ਸਾਰੇ ਸੂਟ ਆਪਾਂ ਸੇਲ ਕਰਨੇ ਆ, ਅਤੇ ਇਹ ਸਾਰੇ ਸੂਟਾਂ ਨੂੰ ਆਪਾਂ ਸੇਲ ਕਰ ਰਹੇ ਹਾਂ ਜੀ। ਅਤੇ ਤੁਸੀਂ ਜੇ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ, ਫਿਰ ਵਟਸਐਪ ਦੇ ਉੱਪਰ ਜਾ ਕੇ। ਹਾਂਜੀ, ਚਲੋ ਮੈਂ ਤੁਹਾਨੂੰ ਯੈਲੋ ਸੂਟ ਆ ਜਿਹੜਾ ਕਿ ਉਹ ਦਿਖਾਉਣੀ ਆ, ਇੰਨਾ ਸੋਹਣਾ ਬਣਿਆ ਹੋਇਆ ਯੈਲੋ ਸੂਟ। ਤੁਸੀਂ ਇਹਨਾਂ ਸੂਟਾਂ ਨੂੰ ਐਂ ਮੰਨੋ ਵੀ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਉੱਪਰ ਮਿਲਣਗੇ, ਜਿਹੜੇ ਕਿ ਵਿਆਹਾਂ ਸ਼ਾਦੀਆਂ ਦੇ ਸੀਜ਼ਨ 'ਚ ਬਟੀਕਾਂ ਵਾਲੇ ਲਾ ਲਓ, ਸ਼ੋਪਾਂ ਵਾਲੇ ਆ ਨਾ, ਅਸੀਂ ਸਾਰੇ ਬਹੁਤ ਹੀ ਕੋਸਟਲੀ ਦਿੰਦੇ ਹਾਂ, ਪਰ ਅਸੀਂ ਹੁਣ ਕਾਫੀ ਹੀ ਘੱਟ ਰੇਂਜ ਦੇ ਵਿੱਚ ਕਾਫੀ ਸਸਤੇ ਤੁਹਾਨੂੰ ਦੇਵਾਂਗੇ। ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਵੀ ਇਹ ਸੂਟ ਦਾ ਕੀ ਪ੍ਰਾਈਜ਼ ਆ। ਇਹ ਬਹੁਤ ਸੋਹਣੇ ਕੱਪੜੇ ਦੇ ਉੱਪਰ ਬਣਿਆ ਹੋਇਆ, ਪਿਓਰ ਆਰਗੈਂਜ਼ਾ ਆਰੀ ਦਾ ਕੰਮ ਹੈ ਜੀ ਇਹਦੇ ਨਾਲ। ਇਹ ਦੇਖੋ, ਇਹ 3 ਮੀਟਰ ਦੀ, ਇਹਦੇ ਨਾਲ ਸਲਵਾਰ ਬਣਾ ਲਓ, ਪਲਾਜੋ ਬਣਾ ਲਓ, ਤੁਹਾਡੀ ਇੱਛਾ ਨਾ, ਜੋ ਵੀ ਬਣਵਾਉਣਾ। ਅਤੇ ਇਹਦਾ ਦੁਪੱਟਾ ਮੈਂ ਜਿਹੜਾ ਕਿ ਤੁਹਾਨੂੰ ਦਿਖਾ ਰਹੀ ਹਾਂ, ਇਹ ਸਾਰੇ ਸੂਟ ਜਿੰਨੇ ਵੀ ਚੇਅਰ ਦੇ ਉੱਪਰ ਪਏ ਆ ਆਪਾਂ ਸਾਰੇ ਸੂਟਾਂ ਲਈ ਓਪਨ ਕਰਕੇ ਦਿਖਾਵਾਂਗੇ। ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰ ਦਿਓ। ਅਤੇ ਇਹਦਾ ਜਿਹੜਾ ਦੁਪੱਟਾ, ਦੁਪੱਟਾ ਦੇਖੋ ਤੁਸੀਂ, ਦੁਪੱਟਾ ਬਹੁਤ ਸੋਹਣਾ ਹੈ, ਇਹ ਵਾਲਾ ਦੁਪੱਟਾ ਜੀ, ਕਲੀਆਂ ਜਾਂਦੀਆਂ ਨੇ ਉੱਪਰ ਨੂੰ ਸਾਰੇ ਦੁਪੱਟੇ ਦੇ ਵਿੱਚ। ਦੇਖੋ ਨੀਚੇ ਵਾਲੇ ਜਿਹੜੇ ਪੱਲੇ ਨੇ ਉਹਨਾਂ ਦੇ ਉੱਪਰ ਵਰਕ ਹੈ, ਉੱਪਰ ਸਾਰੇ ਦੁਪੱਟੇ 'ਤੇ ਕਲੀਆਂ ਨੇ। ਦੇਖੋ ਇਹ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ, ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਬਣਿਆ ਹੋਇਆ ਯੈਲੋ ਕਲਰ ਦਾ। ਇਹ ਤੁਸੀਂ ਕਿਸੇ ਹੋਰ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ, ਅਤੇ ਜਿਹੜੇ ਵੀ ਕਲਰ ਦੇ ਉੱਪਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਸੇ ਕਲਰ 'ਤੇ ਅਸੀਂ ਇਹਨੂੰ ਬਣਾ ਕੇ ਦੇ ਸਕਦੇ ਹਾਂ। ਬਟ ਇਹ ਜਿਹੜਾ ਸਿੰਗਲ ਪੀਸ ਆ ਜੀ, ਇਹ ਥੋੜ੍ਹਾ ਜਿਹਾ ਲੈਸ ਪ੍ਰਾਈਸ ਦੇ ਵਿੱਚ ਮਿਲੂਗਾ ਤੁਹਾਨੂੰ, ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਆਰਡਰ ਕਰੋ। ਹਾਂਜੀ, ਨੈਕਸਟ ਸੂਟ ਤੁਹਾਨੂੰ ਦਿਖਾਉਣੇ ਆ, ਇਹ ਵੀ ਸਾਰਾ ਆਪਾਂ ਨੇ ਆਪਣੇ ਕਾਰੀਗਰਾਂ ਨੇ ਬਣਾਇਆ ਸੀਗਾ ਹੈਂਡ ਵਰਕ ਨਾਲ। ਇਹ ਵੀ ਆਪਾਂ ਲੈਸ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ, ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ। ਤੁਸੀਂ ਇਹਨੂੰ ਵੀ ਲੈਣਾ ਚਾਹੁੰਦੇ ਹੋ ਤਾਂ ਇਹਦਾ ਵੀ ਵਰਕ ਆ ਜਿਹੜਾ ਅਤੇ ਕਢਾਈ ਆ ਤੁਸੀਂ ਵੇਖ ਸਕਦੇ ਹੋ, ਟੋਟਲੀ ਹੈਂਡਮੇਡ ਆ ਜੀ, ਹੱਥ ਦਾ ਕੰਮ ਹੈ, ਚਨੋਣ ਦਾ ਇਹਦੇ ਨਾਲ ਦੁਪੱਟਾ ਗਾ, ਦੁਪੱਟਾ ਅਤੇ ਫਰੰਟ 'ਤੇ ਇਹਦੇ ਜਿਹੜਾ ਗੁੱਟਾ ਜਿਹੜਾ ਦੁਪੱਟੇ ਦੇ ਵਿੱਚ ਉਹ ਵੀ ਲਗਾਇਆ ਗਿਆ। ਇਹ ਵੀ ਬਹੁਤ ਹੀ ਪਿਆਰਾ ਸੂਟ ਹੈ, ਤੁਸੀਂ ਇਹਨੂੰ ਵੀ ਲੈਣਾ ਗਾ ਤਾਂ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਹਾਂਜੀ, ਪੇਂਟ ਦੇ ਵਿੱਚ ਵੀ ਸਾਡੇ ਕੋਲ ਕਾਫੀ ਵਰਾਇਟੀ ਆ ਜੀ। ਇਹ ਹੈਗਾ ਚਿੜੀਆਂ ਵਾਲਾ ਸੂਟ, ਚਿੜੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ। ਇਹ ਸ਼ਰਟ ਦਾ ਪੀਸ ਹੈ, ਸ਼ਰਟ ਦਾ ਕੱਪੜਾ ਦੇਖੋ ਤੁਸੀਂ ਪਹਿਲਾਂ ਤਾਂ, ਸ਼ਰਟ ਦੇ ਵਰਕ ਆ ਜਿਹੜਾ ਨੀਚੇ ਘੇਰੇ 'ਤੇ ਆ ਅਤੇ ਇਹ ਵਾਲੀਆਂ ਬਾਹਾਂ 'ਤੇ ਹੈਗਾ। ਕਲਰ ਵੀ ਬਹੁਤ ਜ਼ਿਆਦਾ ਸੋਹਣਾ ਕਲਰ, ਕਲਰ ਬਹੁਤ ਸੋਹਣਾ ਗਾ, ਬਾਹਾਂ 'ਤੇ ਵਰਕ ਤੁਸੀਂ ਵੇਖ ਰਹੇ ਹੋ ਅਤੇ ਘੇਰੇ ਦੇ ਉੱਪਰ ਵਰਕ ਦੇਖ ਰਹੇ ਹੋ। ਐਂਡ ਮੈਂ ਤੁਹਾਨੂੰ ਦਿਖਾਉਣੀ ਆ ਸਲਵਾਰ ਦਾ ਵਰਕ, ਜਿਹੜੀਆਂ ਕਿ ਚਿੜੀਆਂ ਬਣੀਆਂ ਹੋਈਆਂ ਨੇ ਸਲਵਾਰ ਦੇ ਪਹੁੰਚਿਆਂ 'ਤੇ। ਇਹ ਵੀ ਬਹੁਤ ਸੋਹਣੀ ਸਲਵਾਰ ਆ, ਇਹ ਸਲਵਾਰ ਹੈ, ਪਲਾਜੋ ਆ, ਜੋ ਵੀ ਤੁਹਾਡਾ ਮਨ ਕਰਦਾ ਉਹ ਚੀਜ਼ ਤੁਸੀਂ ਇਹਦੇ ਸਟਿਚ ਕਰ ਸਕਦੇ ਹੋ। ਇਹ ਸਲਵਾਰ ਹੈ, ਇਹਦੇ ਨਾਲ 2 ਸ਼ੇਡ ਦਾ ਆਪਾਂ ਨੇ ਜਿਹੜਾ ਕਿ ਇਹਦੇ ਨਾਲ ਆਪਾਂ ਦੁਪੱਟਾ ਗਾ 2 ਸ਼ੇਡ ਦਾ ਬਣਾਇਆ ਹੋਇਆ ਗਾ, ਬਹੁਤ ਸੋਹਣਾ ਲੱਗਦਾ ਦੁਪੱਟਾ ਵੀ। ਅਤੇ ਇਹਦੇ ਨਾਲ ਸਾਡੇ ਕੋਲ 2 ਸੂਟ ਨੇ ਜੀ ਇਹਦੇ ਨਾਲ ਦੇ, ਇਹ 1 ਸੂਟ ਹੋਰ ਵੀ ਆ ਸਾਡੇ ਕੋਲ। ਇਹ ਤੁਸੀਂ ਜਿਵੇਂ 2 ਸਕੀਆਂ ਭੈਣਾਂ ਹੋਣ, ਮਾਮਾ ਧੀਆਂ ਹੋਣ, ਕਿਸੇ ਨੇ ਵੀ ਲੈਣੇ ਨੇ ਤਾਂ ਲੈ ਸਕਦੇ ਹੋ। ਸੇਮ ਕਲਰ ਦੇ ਉੱਪਰ 2 ਸੂਟ ਪਏ ਆ ਜੀ ਸਾਡੇ ਕੋਲ, ਦੋਨੋਂ ਹੀ ਬਹੁਤ ਸੋਹਣੇ ਸੂਟ ਨੇ। ਇਹ ਵੀ ਪਿਓਰ ਕਰੇਪ ਦੇ ਉੱਪਰ ਬਣੇ ਹੋਏ, ਇਹ ਵੀ ਲੈਸ ਪ੍ਰਾਈਸ ਦੇ ਵਿੱਚ। ਅਤੇ ਨੈਕਸਟ ਦਿਖਾਉਣੇ ਆ ਤੁਹਾਨੂੰ ਸੂਟ, ਆਪਾਂ ਅਗਲਾ ਸੂਟ ਪਹੁੰਚਦੇ ਹਾਂ ਪੇਂਟ ਵਾਲਾ। ਅਤੇ ਬਟ ਮੈਂ ਹੁਣ ਤੁਹਾਨੂੰ 1 ਸੂਟ ਹੀ ਦਿਖਾਊਂਗੀ, ਇਹ ਵੀ ਬਹੁਤ ਸੋਹਣਾ ਸੂਟ ਹੈ, ਗ੍ਰੀਨ ਕਲਰ ਦਾ, ਮਹਿੰਦੀ ਗ੍ਰੀਨ ਦਾ। ਇਹ ਵੀ ਕਰੇਪ ਦੇ ਉੱਪਰ ਬਣਿਆ ਹੋਇਆ, ਇਹ ਵੀ ਪਾਰਟੀ ਵੇਅਰ ਸੂਟ ਹੈ, ਕਰੇਪ ਦੇ ਉੱਪਰ ਸਾਰਾ ਆਰੀ ਦਾ ਪੇਂਟ ਕਰਕੇ, ਹੱਥ ਨਾਲ ਪੇਂਟ ਕਰਕੇ ਪੇਂਟ ਦੇ ਉੱਪਰ ਆਰੀ ਦਾ ਕੰਮ ਕੀਤਾ ਹੋਇਆ, ਜਿਹੜਾ ਕਿ ਤੁਸੀਂ ਵੇਖ ਰਹੇ ਹੋ ਆਰੀ ਦਾ ਕੰਮ ਕੀਤਾ ਹੋਇਆ ਜੀ ਇਹ ਸਾਰਾ, ਤੁਸੀਂ ਧਿਆਨ ਨਾਲ ਦੇਖ ਲਵੋ।
ਇਹਦਾ ਜਿਹੜਾ ਦੁਪੱਟਾ ਹੈਗਾ ਦੁਪੱਟਾ ਬਹੁਤ ਸੋਹਣਾ ਜੀ। ਦੁਪੱਟੇ ਨੂੰ ਡਾਈ ਬਹੁਤ ਸੋਹਣਾ ਕੀਤਾ ਡਾਈ ਨੂੰ। ਆ ਦੇਖੋ ਦੁਪੱਟਾ, ਦੇਖੋ 3 ਸ਼ੇਡ ਵਾਲਾ ਟਾਈ ਆਉਂਦਾ ਹੈ। ਹੈਂਡ ਕੱਟ ਵਰਕ ਜਿਹੜਾ ਹੋਇਆ ਹੋਇਆ ਗਾ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਆਨ ਸਟਿਚ ਮਿਲਣਗੇ। ਤੁਸੀਂ ਜੇ ਸਟਿਚਿੰਗ ਚਾਹੋਗੇ ਤਾਂ ਅਸੀਂ ਤੁਹਾਡੀ ਸਟਿਚਿੰਗ ਕਰਕੇ ਦੇਵਾਂਗੇ। ਕਾਫੀ ਕਈਆਂ ਨੂੰ ਚਾਹੀਦੇ ਹੁੰਦੇ ਵੀ ਆਨ ਸਟਿਚ ਦੇ ਦਿਓ, ਹੈ ਨਾ। ਆਨ ਸਟਿਚ ਵੀ ਲੈ ਸਕਦੇ ਹੋ ਐਂਡ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਸਟਿਚਿੰਗ। ਅਤੇ ਆਹ ਤੁਹਾਨੂੰ ਸੂਟ ਜਿਹੜਾ ਤੁਸੀਂ ਦਿਖਾ, ਹਾਂਜੀ ਦੇਖੋ ਬਲੈਕ ਕਲਰ ਦਾ ਸੂਟ ਹੈ ਇਹ। ਕੌਰਵੀ ਦੇ ਵੀ ਤੁਸੀਂ ਵੇਖਿਆ ਹੋਊਗਾ ਸੂਟ ਪਾਇਆ ਹੋਇਆ, ਬਹੁਤ ਹੀ ਪਿਆਰਾ ਲੁੱਕ ਦੇ ਵਿੱਚ ਬਣਿਆ ਹੋਇਆ, ਟੋਟਲੀ ਹੈਂਡਮੇਡ ਆ ਜੀ। ਪਿੰਕ ਕਲਰ ਨਾਲ ਇਹਦਾ ਕੰਟਰਾਸਟ ਹੈ ਅਤੇ ਪਿੰਕ ਕਲਰ, ਪਿੰਕ ਐਂਡ ਬਲੈਕ 2 ਸ਼ੇਡ ਦਾ ਦੁਪੱਟਾ ਗਾ ਇਹਦੇ ਨਾਲ। ਦੁਪੱਟਾ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਕਿਉਂਕਿ ਦੁਪੱਟਾ ਦੂਸਰੀ ਸਾਈਡ 'ਤੇ ਸੀਗਾ। ਬਾਕੀ ਤੁਹਾਡੀ ਅਕੋਰਡਿੰਗ ਅਸੀਂ ਬਣਾ ਕੇ ਦੇ ਦਾਂਗੇ। ਜਿਹੜਾ ਵੀ ਦੁਪੱਟਾ ਤੁਹਾਨੂੰ ਚਾਹੀਦਾ ਹੋਊਗਾ ਅਸੀਂ ਉੱਦਾਂ ਦਾ ਹੀ ਦੁਪੱਟਾ ਤੁਹਾਨੂੰ ਲਾ ਦਾਂਗੇ। ਜੇ ਔਰਗੈਂਜ਼ਾ ਲਾਉਣਾ ਉਹ ਵੀ ਲਗਾਵਾਂਗੇ, ਜੇ ਤੁਸੀਂ ਕਹੋਗੇ ਚੁਨੌਨ ਦਾ ਲਾ ਦਿਓ ਤਾਂ ਚੁਨੌਨ ਦਾ ਵੀ ਲਾ ਦਾਂਗੇ। ਇਹ ਵੀ ਬਹੁਤ ਸੋਹਣੇ ਲੁੱਕ ਦੇ ਵਿੱਚ ਸੂਟ ਹੈ ਜਿਹੜਾ ਬਣਿਆ ਹੋਇਆ, ਇਹ ਬਹੁਤ ਸੋਹਣਾ ਲੱਗੂਗਾ, ਬਹੁਤ ਫਿਟਿੰਗ ਜਿਹਾ ਲੱਗੂਗਾ ਸੂਟ ਦੀਆਂ ਨੇ। ਹਾਂਜੀ ਸੂਟ ਜਿਹੜਾ ਕਿ ਤੁਸੀਂ ਦੇਖ ਰਹੇ ਹੋ, ਵੀਡੀਓ ਨੂੰ ਚਲਦੇ ਚਲਦੇ ਜ਼ਰੂਰ ਪਤਾ ਚੱਲਦੇ ਵੀ ਫਤਿਹ ਬੁਟੀਕ ਵਾਲੇ ਨੇ ਜਿਹੜੀ ਕਿ ਲੈਸ ਪ੍ਰਾਈਜ਼ ਦੇ ਵਿੱਚ ਸੇਲ ਆ ਉਹ ਲਾ ਚੁੱਕੇ ਹਾਂ ਅਸੀਂ। ਸੂਟ ਇਹ ਨਹੀਂ ਹੈਗਾ ਵੀ ਅਸੀਂ ਰੈਡੀਮੇਡ ਚੱਕਿਆ, ਨਹੀਂ ਜੀ, ਸਾਰੇ ਸੂਟ ਆਪਣੇ ਕਾਰੀਗਰਾਂ ਨੇ ਖੁਦ ਬਣਾਏ ਹੋਇਆ। ਇਹਨਾਂ ਦਾ ਜਿਹੜਾ ਵਰਕ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੋਇਆ ਹੋਇਆ। ਦੇਖੋ ਤੁਸੀਂ ਦੇਖੋ ਇਹ ਵਰਕ ਕਿੰਨਾ, ਕਿੰਨੇ ਮਜ਼ਬੂਤ, ਕਿੰਨੇ, ਕੋਈ ਸਿੱਪੀ ਦਿਖ ਰਹੀ ਆ ਤੁਹਾਨੂੰ ਟੁੱਟਦੀ ਆ? ਜਿੰਨਾ ਮਰਜ਼ੀ ਤੁਸੀਂ ਇਹਨੂੰ ਐਵੇਂ ਕਰ ਲਓ, ਕੋਈ ਸਿੱਪੀ ਮੋਤੀ ਕੋਈ ਟੁੱਟ ਰਿਹਾ ਹੈਗਾ? ਨਹੀਂ ਤਾਂ ਤੁਸੀਂ ਮਾੜਾ ਜਿਹਾ ਮਾਰੋਗੇ ਤਾਂ ਵੀ ਹੈਂਡ ਵਰਕ ਦੇ ਸੂਟ ਟੁੱਟ ਜਾਂਦੇ ਆ। ਇਹ ਸਾਰੇ ਹੱਥ ਨਾਲ ਬਣੇ ਹੋਏ ਆ ਜੀ ਕਾਰੀਗਰਾਂ ਨੇ, ਬਹੁਤ ਹੀ ਸੋਹਣਾ ਬਣਿਆ ਹੋਇਆ ਸੂਟ ਆ। ਇਹ ਪਰਪਲ ਕਲਰ ਦੇ ਉੱਪਰ ਸਿੰਗਲ ਇੱਕੋ ਇੱਕੋ ਰਹਿ ਗਿਆ ਸੂਟ ਹੈ, ਇਹ ਵੀ ਲਾਸਟ ਹੀ ਸੂਟ ਹੈ, ਇੱਕੋ ਸੂਟ ਹੈ ਆਪਣੇ ਕੋਲ, ਜਿਹੜਾ ਕਿ ਬਹੁਤ ਹੀ ਪਿਆਰਾ ਬਣਿਆ ਹੋਇਆ, ਬਹੁਤ ਸੋਹਣਾ ਲੱਗਦਾ। ਸਲੀਵਸ ਵੀ ਇਹਦੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ, ਇਹ ਬਾਹਾਂ ਨੇ ਇਹਦੀਆਂ, ਬਾਹਾਂ ਦਾ ਡਿਜ਼ਾਇਨ ਵੀ ਤੁਸੀਂ ਵੇਖ ਸਕਦੇ ਹੋ। ਅਤੇ ਇਹ ਦੇਖੋ ਇਹ ਇਹਦਾ ਜਿਹੜਾ ਡਿਜ਼ਾਇਨ ਹੈ ਇਹ ਆਪਣੀ ਬ੍ਰੈਸਟ ਤੱਕ ਜਾਂਦਾ, ਇੱਥੋਂ ਬ੍ਰੈਸਟ ਤੋਂ ਲੈ ਕੇ ਕਮਰ, ਕਮਰ ਤੋਂ ਲੈ ਕੇ ਹਿੱਪ ਤੱਕ, ਬਹੁਤ ਹੀ ਪਿਆਰਾ ਬਹੁਤ ਸੋਹਣੇ ਲੁੱਕ ਦੇ ਵਿੱਚ ਬਣਿਆ ਹੋਇਆ ਸੂਟ ਹੈ। ਤੁਸੀਂ ਇਹਨੂੰ ਵੀ ਜੇ ਬੁੱਕ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ। ਥੈਂਕ ਯੂ ਜੀ, ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਕਰਨ ਲਈ, ਥੈਂਕ ਯੂ ਸੋ ਮੱਚ ਵੀਡੀਓ ਨੂੰ ਵੇਖਣ ਲਈ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ।